स्वागत है किसान वीरो तुहाडा सिरक डेयरी फार्मिंग दे विच। किसान वीरो अज दूजी वीडियो तुहानू दिखाउणी है पिंड दोदा श्री मुक्तसर साहब जिले का पिंड है। मेन रोड ते रह जांदा दोस्तों जिहड़ा श्री मुक्तसर साहब तो बठिंडे नू जांदा है। ते जिहड़ा इह घर है दोस्तों जिथे अज पशु तुहानू दिखा रहे हैं इह दोदे तो कौणी वाल नू जाणा होवे तां उस रोड ते है। दो नाग तीन नाग विकरी वाले आ जिहदे चक्के गां हजे बैठी है, इहनू उठा लांगे। तोकड़ कब्बण दुध चंगा दिंदी है। एक ये कट्टी है छोटी उम्र दे विच ही है ते एक ये गां दोस्तों जिहड़ी सून दे नेड़ है। सो कुल तीन नाग इस घर चों तुहानू विखाउण लगे हैं जिहड़े विकाऊ आ। इन्हां बारे आपां इनफॉर्मेशन बाई तों पुछदे हां। वीडियो नूं एंड तक देखो। जिहनूं कोई भी गां इन्हां चों जां ये कट्टी चंगी लगेगी आ के आपदी निरख परख नाल खरीद सकदे हो। आओ बाई नाल गल्लबात करदे हां। बाई सति श्री अकाल। सति श्री अकाल। नाम दस्सी वीर लाभ सिंह जी। ठीक है लाभ बाई, ਅੱਜ ਜਿਹੜੀ ਵੀਡੀਓ ਬਣਾਉਣੀ ਹੈ ਕੱਟੀ ਜਿਹੜੀ ਵੇਚਣੀ ਹੈ ਇਹਦੀ ਉਮਰ ਕਿੰਨੀ ਕਰ? ਇਹਦੀ ਵੇਜੀ 1 ਸਾਲ ਉਮਰ ਹੈ ਜੀ। 1 ਸਾਲ। ਠੀਕ ਹੈ। ਅੱਛਾ ਰੇਟ ਕੀ ਰੱਖਿਆ ਇਹਦਾ? ਇਹਦਾ ਆਪਾਂ ਰੱਖਿਆ ਜੀ 14,000। 14,000 ਦੋਸਤੋ 1 ਸਾਲ ਉਮਰ ਆ ਤੇ 14,000 ਰੇਟ ਹੈ। ਸਿੰਘ ਦੀ ਬਣਤਰ ਇੱਥੋਂ ਦੇਖ ਲਓ ਤੁਸੀਂ ਕਿੱਦਾਂ ਦੇ ਕੱਢਦੀ ਆਉਂਦੀ ਹੈ। ਬਾਕੀ ਜਿਹੜਾ ਢਾਂਚਾ ਉਹ ਤੁਹਾਡੇ ਸਾਹਮਣੇ ਹੈ। 14,000 ਇਹਦਾ ਮੁੱਲ ਵੀਰ ਨੇ ਕੀਤਾ। ਮੱਝ ਬਾਈ ਦੇ ਕੋਲ ਹੈਗੀ ਹੈ ਇਹਦੀ ਮਾਂ, ਜੇ ਕੋਈ ਵੇਖਣੀ ਚਾਹੇ ਤਾਂ ਥੋੜ੍ਹੇ ਦਿਨ ਪਹਿਲਾਂ ਹੀ ਸੂਈ ਆ। ਸੋ ਇਹ ਗਾਂ ਕੱਟੀ ਜਿਹੜੀ 14 ਕੁ ਮਹੀਨੇ ਉਮਰ ਆ, ਸੋਰੀ 1 ਸਾਲ ਉਮਰ ਆ ਅਤੇ 14,000 ਰੇਟ ਹੈ। ਇੱਕ ਗਾਂ ਵੀ ਅੱਗੇ ਵੇਚਣੀ ਹੈ ਬਾਈ ਨੇ। ਬਾਈ ਕਿੰਨਵਾਂ ਸੂਆ ਸੁਣਦੀ ਹੈ ਇਹ? ਬਾਈ ਜੀ ਚੌਥਾ ਸੂਆ ਸੂਗੀ ਜੀ। ਚੌਥਾ ਸੂਆ। ਦੁੱਧ ਕਿੰਨਾ ਕੁ ਦਿੰਦੀ ਰਹੀ ਤੀਜੇ ਸੂਏ 'ਚ? ਬਾਈ 16 ਲੀਟਰ ਚੋਇਆ ਆਪਾਂ। 16 ਲੀਟਰ ਤੀਜੇ ਸੂਏ 'ਚ ਚੋਇਆ। ਕਿੰਨੇ ਕੁ ਦਿਨ ਲੈ ਜੂ ਬਾਈ ਇਹ? ਇਹ ਬਾਈ ਹਜੇ ਹਫ਼ਤਾ ਕੱਢ ਜੂਗੀ। 1 ਹਫ਼ਤਾ ਲੈ ਜੂਗੀ। ਕੀ ਰੇਟ ਰੱਖਿਆ ਇਹਦਾ? ਇਹਦਾ 48,000। ਇਹਨੂੰ ਤੋਰ ਦੇ ਬਾਈ। ਦੋਸਤੋ ਡਿਮਾਂਡ 48,000 ਦੀ ਹੈ। ਕਰੋਸ ਬਰੀਡ ਹੈ ਇਹ, ਬਰੀਡ ਕਰੋਸ ਹੈ। ਦੁੱਧ 16 ਕਿਲੋ ਤੀਜੇ ਸੂਏ ਬਾਈ ਦੱਸਦਾ ਚੋਇਆ ਅਤੇ ਚੌਥਾ ਸੂਆ ਸੋਹਣਾ। ਹਵਾਨਾ ਚੰਗਾ ਦਿਖਾਉਂਦੀ ਹੈ। ਬਾ ਮੋੜਲਾ ਬਾਈ, ਸਟਰਕਚਰ ਤੁਹਾਡੇ ਸਾਹਮਣੇ ਆ। ਥੋੜ੍ਹੀ ਜਿਹੀ ਲਿੱਸੀ ਜ਼ਰੂਰ ਹੈ, ਬਾਕੀ ਜਿਹੜਾ ਰੰਗ ਰੂਪ ਹੈ ਦੋਸਤੋ ਉਹ ਤੁਸੀਂ ਦੇਖ ਸਕਦੇ ਹੋ। HF ਦੀ ਕਰੋਸ ਬਰੀਡ ਹੈ ਇਹ। ਇਸ ਤਰ੍ਹਾਂ ਦੀਆਂ ਗਾਵਾਂ ਜਿਹੜੀਆਂ ਤੁਹਾਨੂੰ ਇਸ ਏਰੀਏ 'ਚੋਂ ਦੇਖਣ ਨੂੰ ਮਿਲ ਰਹੀਆਂ। ਸੋ ਇਹਦਾ ਰੇਟ 48,000 ਬਾਈ ਨੇ ਕੀਤਾ। ਬਾਕੀ ਜਿਹੜਾ ਵੀਰ ਪਸੰਦ ਕਰੇ ਉਹ ਆਪ ਆ ਕੇ ਆਪਦੀ ਤਸੱਲੀ ਕਰ ਸਕਦਾ। ਥਾਨ ਸੋਹਣੇ ਆ, ਹਵਾਨਾ ਦੇਖ ਸਕਦੇ ਹੋ ਤੁਸੀਂ, ਉੱਤੋਂ ਸ਼ੁਰੂ ਕੀਤਾ, ਬਾਕੀ ਹਜੇ ਭਰਨਾ ਬਾਕੀ ਆ। ਹਵਾਨਾ ਹਜੇ ਬਹੁਤਾ ਭਰਿਆ ਨਹੀਂ ਗਾ। ਇੱਕ ਤੋਕੜ ਗੱਬਣ ਗਾਂ ਦੱਸੋ ਜਰਸੀ ਦੇ ਵਿੱਚ, ਇਹ ਵੀ ਕਰੋਸ 'ਚ ਹੈ। ਇਹਦੇ ਬਾਰੇ ਬਾਈ ਤੋਂ ਪੁੱਛਦੇ ਹਾਂ। ਲਾਭ ਬਾਈ ਇਹਨੇ ਕਿੰਨਵਾਂ ਸੂਆ ਅੱਗੇ ਸੋਣਾ? ਇਹਨੇ ਬਾਈ ਜੀ ਚੌਥਾ ਸੂਆ। ਚੌਥਾ ਸੂਆ ਅੱਗੇ ਵੀ ਸੂਗੀ। ਕਿੰਨੇ ਚਿਰ ਦੀ ਗੱਬਣ ਹੋ ਗਈ ਬਾਈ ਇਹ? 3 ਮਹੀਨੇ। ਚੈੱਕ ਕਰਵਾ ਲਈ ਜਾਂ ਕਰਵਾਉਣੀ? ਚੈੱਕ ਕਰਵਾਈ ਨਹੀਂ ਜੀ, ਉਹ ਅਗਲਾ ਵੀ ਕਰਵਾ ਸਕਦਾ ਜੀ ਨੇ ਲੈਣੀ ਹੋਈ। ਯਾਨੀ ਆਪਣੇ ਵੱਲੋਂ ਕਨਫਰਮ ਆ ਵੀ ਇਹ ਗੱਬਣ ਹੈ? ਹਾਂ ਆਪਣੇ ਵੱਲੋਂ। ਠੀਕ ਹੈ ਬਾਈ। ਦੁੱਧ ਕਿੰਨਾ ਹੁਣ? ਦੁੱਧ 10 ਲੀਟਰ ਹੈ। 10 ਲੀਟਰ ਦੋਵਾਂ ਟਾਈਮਾਂ ਦਾ ਦਿੰਦੀ ਹੈ ਹੁਣ? ਹਾਂਜੀ। ਰੇਟ ਕੀ ਰੱਖਿਆ ਇਹਦਾ? ਇਹਦਾ 30,000 ਜੀ। ਅੱਛਾ, ਜੇ ਬਾਈ ਚਾਂਸ ਇਹ ਖਾਲੀ ਨਿਕਲ ਆਉਂਦੀ ਹੈ ਫਿਰ ਰੇਟ ਉਸ ਹਿਸਾਬ 'ਤੇ ਹੋ ਜੂਗਾ? ਹਾਂ ਫਿਰ ਉਸ ਹਿਸਾਬ 'ਤੇ। ਠੀਕ ਹੈ, ਤੋਰੀ ਬਾਈ ਨੂੰ ਦੋਸਤੋ। ਠੀਕ ਹੈ, ਇਹ ਵੱਛੀ ਹੈ ਜੀ ਦੋਸਤੋ, ਇਹ ਵੱਛੀ ਹੈ ਅਤੇ ਚੌਥਾ ਸੂਆ ਗਾਣੇ ਸੁਣਾ। ਕਰੋਸ ਬਰੀਡ ਹੈ ਜਰਸੀ ਦੇ ਨਾਲ। ਰੇਟ 30,000। 3 ਮਹੀਨਿਆਂ ਦੀ ਗੱਭਣ ਹੋ ਗਈ ਹੈ, ਚੈੱਕ ਨਹੀਂ ਕਰਵਾਈ। ਤੁਸੀਂ ਕਰਵਾ ਸਕਦੇ ਹੋ, ਜੇ ਖਾਲੀ ਨਿਕਲੂਗੀ ਤਾਂ ਰੇਟ ਉਸ ਹਿਸਾਬ 'ਤੇ ਹੋਜੂਗਾ। ਵੈਸੇ ਫੁੱਲ ਬਾਈ ਜੀ ਹੋਰੀ ਦੱਸਦੇ ਵੀ ਇਹਨਾਂ ਨੂੰ ਵਿਸ਼ਵਾਸ ਆ ਵੀ ਇਹ ਗੱਭਣ ਹੋ ਗਈ ਹੈ। 30,000 ਇਹਦਾ ਮੁੱਲ ਅਤੇ 10 ਕਿਲੋ ਦੁੱਧ ਵਾ। ਮੋੜ ਲਵੋ, ਰੇਟ ਫਿਕਸ ਨਹੀਂ ਹੁੰਦੇ ਦੋਸਤੋ। ਇੱਕ ਵਾਰ ਮੁੱਲ ਜਿਹੜਾ ਕੀਤਾ ਜਾਂਦਾ ਉਹ ਜਦੋਂ ਗੱਲਬਾਤ ਕਰਦੇ ਹਾਂ ਤਾਂ ਉਦੋਂ ਉਹਦੇ 'ਚ ਫਰਕ ਪੈ ਜਾਂਦਾ ਹੁੰਦਾ। ਸੋ ਜ਼ਰੂਰੀ ਆ ਵੀ ਆ ਕੇ ਸਾਹਮਣੇ ਖੜ੍ਹ ਕੇ ਪਹਿਲਾਂ ਪਸ਼ੂ ਦੇਖਿਆ ਜਾਵੇ, ਆਪਦੀ ਹਰੇਕ ਪੱਖ ਤੋਂ ਜਿਹੜਾ ਚੈੱਕ ਪਾਸ ਕੀਤਾ ਜਾਵੇ ਅਤੇ ਉਦੋਂ ਬਾਅਦ 'ਚ ਸੌਦਾ ਜਿਹੜਾ ਉਹ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਹੁੰਦਾ। ਪਸ਼ੂ ਖਰੀਦਣ ਲਈ ਜ਼ਰੂਰੀ ਆ, ਆ ਕੇ ਜ਼ਰੂਰ ਦੇਖਿਆ ਕਰੋ। ਕੁਝ ਕੁ ਵੀਰ ਪੇਮੈਂਟ ਖਾਤਿਆਂ 'ਚ ਪਾਉਂਦੇ ਆ ਅਤੇ ਗੱਡੀ ਭੇਜ ਕੇ ਪਸ਼ੂ ਮੰਗਾਉਂਦੇ, ਉਹ ਆਪਦਾ ਜਿਹੜਾ ਰਿਸਕ ਚੱਕਦੇ ਆ, ਉਹਦੇ ਜ਼ਿੰਮੇਵਾਰ ਉਹ ਖੁਦ ਹੁੰਦੇ ਆ। ਸੋ ਪਸ਼ੂ ਖਰੀਦਣ ਲੱਗਿਆਂ ਜ਼ਰੂਰੀ ਆ ਵੀ ਸਾਹਮਣੇ ਆ ਕੇ ਆਪ ਤਸੱਲੀ ਕੀਤੀ ਜਾਵੇ। ਧੰਨਵਾਦ ਵੀਡੀਓ ਦੇਖਣ।